हुसैन या 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 हुसैन सैयदा के सामने करबला का आया मंजर सैयदा
के सामने करबला का आया मंजर, सैयदा के सामने करबला का आया मंजर, सैयदा के सामने करबला का आया मंजर, सैयदा के सामने सैयदा का जब जला करबला का आया मंजर, सैयदा के सामने 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 करबला का
करबला का आया मंजर सैयदा के सामने, 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 करबला का आया मंजर सैयदा के सामने। हाथ पहलू पर रखे हैं साथ तेरे जाऊंगी, शाम में लोग बेटी मैं भी पत्थर खाऊंगी, जब तुम्हें मारेंगे पत्थर सैयदा के सामने, बतूल रोती रही, गमों की ओढ़ के चादर 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 बतूल रोती रही। गमों की ओढ़ के चादर बतूल रोती रही, 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 गमों की ओढ़ के चादर बतूल नबी की लाडली दुख दर, नबी की लाडली दुख दर बतूल रोती रही, गमों की ओढ़ के चादर बतूल रोती रही, गमों की ओढ़ के चादर बतूल रोती रही, गमों की ओढ़ के चादर बतूल रोती रही। नबी की लाडली दुख दर, नबी की लाडली दुख दर बतूल रोती रही, बतूल रोती रही, गमों की ओढ़ के चादर 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 को मुसलमाने बुला के आयत तत्हीर को मुसलमाने, लगाई आग जो दर पर, लगाई आग जो दर पर बतूल रोती रही, बतूल रोती रही।
बतूल रोती रही गमों की ओढ़ के चादर बतूल रोती बुलाए बाबा दरबार दे विच क्यों उदास मेरे पाक गवा चुकले बाबा दरबार दे विच क्यों उदास मेरे पाक गवा चुकले बाबा दरबार दे विच क्यों उदास मेरे पाक गवा चुकले बाबा दरबार दे विच क्यों उदास मेरे पाक गवा चुकले बाबा दरबार दे विच क्यों उदास मेरे पाक गवा चुकले बाबा दरबार दे विच क्यों उदास मेरे पाक गवा चुकले बाबा दरबार दे विच क्यों उदास मेरे पाक गवा चुकले बाबा दरबार दे विच क्यों उदास मेरे पाक गवा चुकले बाबा दरबार दे विच क्यों उदास मेरे पाक गवा चुकले बाबा दरबार दे विच क्यों उदास मेरे पाक गवा चुकले बाबा ਲਾਏ ਬਾਬਾ ਦਰਬਾਰ ਦੇ ਵਿੱਚ ਕਿਉਂ ਖਾਸ ਬਣੇ ਮੇਰੇ ਪਾਕ ਗਵਾਚ ਲਾਏ ਬਾਬਾ ਦਰਬਾਰ ਦੇ ਵਿੱਚ ਕਿਉਂ ਖਾਸ ਬਣੇ ਮੇਰੇ ਪਾਕ ਗਵਾਚ ਲਾਏ ਬਾਬਾ ਦਰਬਾਰ ਦੇ ਵਿੱਚ ਕਿਉਂ ਖਾਸ ਬਣੇ ਮੇਰੇ ਪਾਕ ਗਵਾਚ ਲਾਏ ਬਾਬਾ ਦਰਬਾਰ ਦੇ ਵਿੱਚ ਕਿਉਂ ਖਾਸ ਬਣੇ ਮੇਰੇ ਪਾਕ ਗਵਾਚ ਲਾਏ ਬਾਬਾ ਦਰਬਾਰ ਦੇ ਵਿੱਚ ਕਿਉਂ ਖਾਸ ਬਣੇ ਮੇਰੇ ਪਾਕ ਗਵਾ ਚੁਟਲਾਏ ਬਾਬਾ ਦਰਬਾਰ ਦੇ ਵਿੱਚ ਕਿਉਂ ਖਾਸ ਬਣੇ ਮੇਰੇ ਪਾਕ ਗਵਾ ਚੁਟਲਾਏ ਬਾਬਾ ਦਰਬਾਰ ਦੇ ਵਿੱਚ ਕਿਉਂ ਖਾਸ ਬਣੇ ਮੇਰੇ ਪਾਕ ਗਵਾ ਚੁਟਲਾਏ ਬਾਬਾ ਦਰਬਾਰ ਦੇ ਵਿੱਚ ਕਿਉਂ ਖਾਸ ਬਣੇ ਮੇਰੇ ਪਾਕ ਗਵਾ ਚੁਟਲਾਏ ਬਾਬਾ ਦਰਬਾਰ ਦੇ ਵਿੱਚ ਕਿਉਂ ਖਾਸ ਬਣੇ ਮੇਰੇ ਪਾਕ ਗਵਾ ਚੁਟਲਾਏ ਦਰਬਾਰ ਦੇ ਵਿੱਚ ਕਿਉਂ ਖਾਸ ਬਣੇ ਮੇਰੇ ਪਾਕ ਗਵਾ ਚੁਟਲਾਏ ਬਾਬਾ ਦਰਬਾਰ ਦੇ ਵਿੱਚ ਕਿਉਂ ਖਾਸ ਬਣੇ ਮੇਰੇ ਪਾਕ ਗਵਾ ਚੁਟਲਾਏ ਬਾਬਾ ਤੇਰੀ ਸਨਤ ਦੇ ਟੁਕੜੇ ਖਾਕ ਉਤੋਂ ਤੇਰੀ ਸਨਤ ਦੇ ਟੁਕੜੇ ਖਾਕ ਉਤੋਂ ਤੇਰੀ ਦੀਦਾਰਾ ਨੇ ਚਾਏ ਬਾਬਾ ਦਰਬਾਰ ਦੇ ਵਿੱਚ ਕਿਉਂ ਖਾਸ ਬਣੇ ਮੇਰੇ ਪਾਕ ਗਵਾ ਚੁਟਲਾਏ ਬਾਬਾ ਦਰਬਾਰ ਦੇ ਵਿੱਚ ਕਿਉਂ ਖਾਸ ਬਣੇ ਮੇਰੇ ਪਾਕ ਗਵਾ ਚੁਟਲਾਏ ਬਾਬਾ ਦਰਬਾਰ ਦੇ ਵਿੱਚ ਕਿਉਂ ਖਾਸ ਬਣੇ ਮੇਰੇ ਪਾਕ ਗਵਾ ਚੁਟਲਾਏ ਬਾਬਾ ਤੇਰੀ ਸਨਦ ਦੇ ਟੁਕੜੇ ਖਾਕ ਉਤੋਂ ਤੇਰੀ ਸਨਦ ਦੇ ਟੁਕੜੇ ਖਾਕ ਉਤੋਂ ਤੇਰੀ ਦੀਦਾਰਾ ਨੇ ਚਾਏ ਬਾਬਾ ਮੇਰੇ ਪਾਕ ਗਵਾ ਚੁਟਲਾਏ ਬਾਬਾ ਦਰਬਾਰ ਦੇ ਵਿੱਚ ਕਿਉਂ ਖਾਸ ਬਣੇ ਮੇਰੇ ਪਾਕ ਗਵਾ ਚੁਟਲਾਏ ਬਾਬਾ ਦਰਬਾਰ ਦੇ ਵਿੱਚ ਕਿਉਂ ਖਾਸ ਬਣੇ ਮੇਰੇ ਪਾਕ ਗਵਾ ਚੁਟਲਾਏ ਬਾਬਾ ਦਰਬਾਰ ਦੇ ਵਿੱਚ ਕਿਉਂ ਖਾਸ ਬਣੇ ਮੇਰੇ ਪਾਕ ਗਵਾ ਚੁਟਲਾਏ ਬਾਬਾ ਦਰਬਾਰ ਦੇ ਵਿੱਚ ਕਿਉਂ ਖਾਸ ਬਣੇ ਮੇਰੇ ਪਾਕ ਗਵਾ ਚੁਟਲਾਏ ਬਾਬਾ ਦਰਬਾਰ ਦੇ ਵਿੱਚ ਕਿਉਂ ਖਾਸ ਬਣੇ ਮੇਰੇ ਪਾਕ ਗਵਾ ਚੁਟਲਾਏ ਬਾਬਾ ਮੈਂ ਚੁੱਪ ਕਰਕੇ ਖੜੀ ਰੋਦੀ ਰਹੀ ਜਿਹਦਾ ਮੈਨੂੰ ਮੈਂ ਚੁੱਪ ਕਰਕੇ ਖੜੀ ਰੋਦੀ ਰਹੀ ਜਿਹਦਾ ਮੈਨੂੰ ਦੇਦੇ ਹਸਨੈਨ ਦੇ ਕਤਲ ਦੇ ਮਨਸੂਬੇ ਹਸਨੈਨ ਦੇ ਕਤਲ ਦੇ ਮਨਸੂਬੇ ਇਹਨਾਂ ਵਿੱਚ ਦਰਬਾਰ ਬਣਾਏ ਬਾਬਾ ਦਰਬਾਰ ਦੇ ਵਿੱਚ ਕਿਉਂ ਖਾਸ ਬਣੇ ਮੇਰੇ ਪਾਕ ਗਵਾ ਚੁਟਲਾਏ ਬਾਬਾ ਦਰਬਾਰ
ਦੇ ਵਿੱਚ ਕਿਉਂ ਕਾਸ ਬਣੇ ਮੇਰੇ ਪਾਕ ਗਵਾ ਜੁਟ ਲਏ ਬਾਬਾ ਜੜੀ ਸਨਨ ਦੇ ਟੁਕੜੇ ਪਾਕ ਤੋਂ ਜੜੀ ਸਨਨ ਦੇ ਟੁਕੜੇ ਪਾਕ ਤੋਂ ਜੜੀ ਤੀ ਜ਼ਹਰਾ ਨੇ ਚਾਏ ਬਾਬਾ ਮੇਰੇ ਪਾਕ ਗਵਾ ਜੁਟ ਲਏ ਬਾਬਾ ਦਰਬਾਰ ਦੇ ਵਿੱਚ ਕਿਉਂ ਵਾਸ ਬਣੇ ਮੇਰੇ ਪਾਕ ਗਵਾ ਜੁਟ ਲਏ ਬਾਬਾ ਦਰਬਾਰ ਦੇ ਵਿੱਚ ਕਿਉਂ ਵਾਸ ਬਣੇ ਮੇਰੇ ਪਾਕ ਗਵਾ ਜੁਟ ਲਏ ਬਾਬਾ ਦਰਬਾਰ ਦੇ ਵਿੱਚ ਕਿਉਂ ਵਾਸ ਬਣੇ ਮੇਰੇ ਪਾਕ ਗਵਾ ਜੁਟ ਲਏ ਬਾਬਾ ਦਰਬਾਰ ਦੇ ਵਿੱਚ ਕਿਉਂ ਵਾਸ ਬਣੇ ਮੇਰੇ ਪਾਕ ਗਵਾ ਜੁਟ ਲਏ ਬਾਬਾ ਦਰਬਾਰ ਦੇ ਵਿੱਚ ਕਿਉਂ ਵਾਸ ਬਣੇ ਮੇਰੇ ਪਾਕ ਗਵਾ ਜੁਟ ਲਏ ਬਾਬਾ ਗਵਾਹ ਬਾਬਾ ਦਰਬਾਰ ਦੇ ਵਿੱਚ ਕਿਉਂ ਵਾਸ ਬਣੇ ਮੇਰੇ ਪਾਕ ਗਵਾ ਜੁਟ ਲਏ ਬਾਬਾ ਜੜੀ ਸਨਤ ਦੇ ਟੁਕੜੇ ਪਾਕ ਤੋਂ ਜੜੀ ਸਨਤ ਦੇ